ਤੇ ਹੁਣ ਗਤੀਵਿਧੀਆਂ ਵਿਸਥਾਰ ਨਾਲ ਸਾਧਕ ਤੇ ਪਿੰਡ ਮਾਣੀ ਸਿੰਘ ਵਾਲਾ ਵਿਖੇ ਫਰੀਦਕੋਟ ਤੋਂ ਹਲਕਾ ਵਿਧਾਇਕ ਸ਼੍ਰੀ ਦੀਪ ਮਲਹੋਤਰਾ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਾਲ ਹੀ ਉਹਨਾਂ ਪਿੰਡ ਵਿੱਚ ਲੱਗੇ 63 ਕੇਵੀ ਟਰਾਂਸਫਾਰਮਰ ਦਾ ਸਵਿੱਚ ਆਨ ਕਰਕੇ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਉਹ ਇੱਥੋਂ ਦੇ ਸਰਕਾਰੀ ਮਿਡਲ ਸਕੂਲ ਵਿਖੇ ਵੀ ਪਹੁੰਚੇ ਜਿੱਥੇ ਪ੍ਰਿੰਸੀਪਲ ਵੱਲੋਂ ਪਿਛਲੇ ਲੰਬੇ